ਹੈਲੋ ਹੈਲੋ ਚਾਚਾ ਬੁੱਟਾ ਗੱਲ ਕਰ ਰਹੇ ਆਂ ਹਾਂ ਬੁੱਤ ਚਾਚਾ ਬੁੱਟਾ ਹੀ ਗੱਲ ਕਰ ਰਿਹਾ ਮੈਂ ਰਾਣਾ ਇਜਾਜ਼ ਗੱਲ ਕਰਦਾ ਜੀ ਅੱਛਾ ਜੀ ਕੀ ਹਾਲ ਚਾਲ ਠੀਕ ਆ ਸੇਹ ਤਬੀਅਤ ਸ਼ੁਕਰ ਅੱਲਾ ਦੀ ਜ਼ਾਤ ਦਾ ਜਿਹੜਾ ਟਾਈਮ ਲੰਘਦਾ ਜਾਂਦਾ ਕਾਹਦਾ ਕੰਮ ਆ ਜੀ ਆਪਣਾ ਕੰਮ ਪੁੱਤ ਆਪਣਾ ਫਰਨੀਚਰ ਦਾ ਫਰਨੀਚਰ ਦਾ ਸਹੀ ਹੈ ਜੀ ਕਿਦਾਂ ਫੋਨ ਕੀਤਾ ਪੁੱਤ ਨੇ ਹੂੰ 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 ਹਸਪਤਾਲੋਂ ਗੱਲ ਕਰਨ ਨੇ ਆ ਜੀ ਮੈਂ ਆਪਣਾ ਨਾ ਜੀ ਇੱਕ ਮੁੰਡਾ ਅਰਸ਼ਦ ਜਿਹੜਾ ਨਾ ਜੀ ਅੱਛਾ ਇੱਥੇ ਦਾਖਲ ਆ ਹਸਪਤਾਲ ਹਾਂਜੀ ਹਾਂਜੀ ਅੱਛਾ ਤੇ ਉਹਦਾ ਆ ਗਿਆ ਭੈਣ ਦਾ ਵਿਆਹ ਉਹ ਜਿਹੜਾ ਮੁੰਡਾ ਬਿਮਾਰ ਆ ਹਾਂਜੀ ਉਹਦੀ ਦਾ ਅੱਲਾ ਪਾਕ ਰਹਿਮਤ ਕਰੇ ਹਾਂ ਅੱਲਾ ਪਾਕ ਕੁੱਲ ਜਹਾਨ ਦੀ ਧੀਆਂ ਤੇ ਆਪਣੀ ਰਹਿਮਤ ਰੱਖੇ ਹਾਂਜੀ ਕੋਈ ਸ਼ੱਕ ਨਹੀਂ ਅੱਲਾ ਪਾਕ ਕਰੇ ਅੱਲਾ ਪਾਕ ਤੇ ਵੈਰੀ ਦੁਸ਼ਮਣ ਦੀ ਧੀ ਨੂੰ ਦੁੱਖ ਨਾ ਦੇਵੇ ਸਿਆਣੇ ਕਹਿਣ ਵਾਲੇ ਕਹਿ ਗਏ ਨਾ ਜਿਹਦੀ ਧੀ ਸੁਖੀ ਉਹਦੀ ਜੱਤ ਸੁਖੀ ਹਾਏ ਹਾਏ ਸਿਆਣੇ ਬੰਦੇ ਸਿਆਣੀਆਂ ਗੱਲਾਂ ਦੀ ਇਹ ਬਸਦੀਆਂ ਹਉਣ ਦੇ ਇਨਸਾਨ ਸੁਖੀ ਰਹਿੰਦੇ ਆ ਅੱਲਾਹ ਅੱਲਾਹ ਪਾਕ ਕਰੇ ਧੀਆਂ ਲੋ ਕੁੱਲ ਜਹਾਨ ਨੂੰ ਠੰਡੀ ਹਵਾ ਹੋਵੇ ਆਮੀਨ 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 ਇਹ ਆ ਕਿ ਮਾਪੇ ਸੁਖ ਦੀਆਂ ਨੀਂਦਾ ਸੌਣ ਕੇ ਸਾਡੀ ਧੀ ਜਿਹੜੀ ਐ ਮੌਜਾਂ ਚ ਵਾ ਜੀ ਰੱਬ ਨੇ ਸੁਖ ਦਿੱਤਾ ਹੈ ਅੱਲਾਹ ਹਰ ਇੱਕ ਦੀ ਧੀ ਦਾ ਨਸੀਬ ਚੰਗੇ ਕਰੇ ਆਮੀਨ 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 ਤੇ ਉਹਦੀ ਆ ਗਿਆ ਜੀ ਅਰਸ਼ਦ ਦੀ ਭੈਣ ਦਾ ਵਿਆਹ ਹਾਂ ਹੁਣ ਉਹ ਜ਼ਿੱਦ ਕਰਕੇ ਬੈਠਾ ਕਿ ਮੈਂ ਭੈਣ ਦੀ ਵਿਆਹ ਤੇ ਜ਼ਰੂਰ ਜਾਣਾ। ਹਾਂ ਤੇ ਸਹੀ ਆ ਉੱਥੇ ਗੱਲ ਕਰੋ ਉਹਨਾਂ ਨੂੰ ਕੁਝ ਜਾਣਾ ਮੁੰਡੇ ਨੇ ਭੈਣ ਦੇ ਵਿਆਹ ਤੇ ਅਸੀਂ ਕਿਹੜੀ ਗੱਲ ਆ। ਹਾਂ ਮੈਂ ਕੀਤੀ ਡਾਕਟਰ ਨਾਲ ਗੱਲ। ਹਾਂ ਡਾਕਟਰ ਕਹਿੰਦਾ ਜੀ ਨਹੀਂ ਜੀ ਇਹ ਨਹੀਂ ਹੋ ਸਕਦਾ। ਅੱਛਾ ਤੇ ਅਸੀਂ ਇਹ ਹਲੇ ਗੱਲਾਂ ਕਰਨੀ ਨਹੀਂ ਰਹੇ ਆ। ਹਾਂ ਤੇ ਪਿੱਛੋਂ ਮੇਰੇ ਮੋਢੇ ਤੇ ਕਿਸੇ ਨੇ ਹੱਥ ਰੱਖਿਆ। ਅੱਛਾ ਦਿਲੇ ਮੂੰੜ ਕੇ ਵੇਖਿਆ ਤੇ ਇੱਕ ਅੰਮਾ ਜੀ ਮਾਈ ਜੀ। ਅੱਛਾ ਇੱਕ ਬੇਬੇ ਬੇਬੇ ਕਹਿੰਦੀ ਜੀ ਕਿ ਪੁੱਤ ਹਾਂ ਅੱਜਦਾਂ ਦਾ ਤੁਹਾਡਾ ਅਰਸ਼ਾ ਦਾ ਨਾ ਬਿਮਾਰ ਪਿਆ ਹਾਂ ਇਦਾਂ ਦਾ ਸਾਡਾ ਇੱਕ ਰਿਸ਼ਤੇਦਾਰਾ ਚਾਚਾ ਬੂਟਾ ਮੇਰੇ ਵੱਲੋਂ ਕਹਿੰਦੀ ਤੁਹਾਡੇ ਵੱਲੋਂ ਅੱਛਾ ਕਹਿੰਦੀ ਤੁਸੀਂ ਇਦਾਂ ਕਰੋ ਹਾਂ ਉਹ ਚੰਗਾ ਬੰਦਾ ਆ ਹਾਂ ਉਹਦੇ ਜ਼ਰਾ ਮਿੰਤਰਲਾ ਕਰੋ ਹਾਂ ਉਹ ਤਿੰਨ ਕ ਦਿਨ ਉਹ ਆ ਕੇ ਇੱਥੇ ਲੰਮਾ ਬਹਿ ਜਵੇ ਤੇ ਮੁੰਡੇ ਨੂੰ ਤੁਸੀਂ ਵਿਆਹ ਦਿਖਾ ਲੋ ਤੇ ਸ਼ਕਲਾਂ ਵੀ ਰਲਦੀਆਂ ਮਿਲਦੀਆਂ ਉਹਨੇ ਮੈਨੂੰ ਮੇਰੀ ਤੁਹਾਡੀ ਤਸਵੀਰ ਦਿਖਾਈ ਮੈਨੂੰ ਮੋਬਾਈਲ 'ਚ ਅੱਛਾ ਤੁਸੀਂ ਵਿਆਹ ਇੱਕ 'ਚ ਨਾ ਉਹ ਲੱਡੂ ਪੂਰਾ ਮੂੰਹ 'ਚ ਪਾਇਆ ਖਾਂਡਾ ਤੇ ਹੂ ਬਹੂ ਤੁਸੀਂ ਅਰਸ਼ਦਰ ਗਏਂ ਅੱਛਾ ਉਹਦੇ ਅਰਗਏਂ ਹਾਂਜੀ ਹਾਂਜੀ ਲੱਡੂ ਖਾਣ ਵੀ ਟਿਆ ਉਹਦੇ ਅਰਗਾਂ ਮੈਂ ਹਾਂਜੀ ਹਾਂਜੀ ਉਹ ਤੈਨੂੰ ਪਤਾ ਵਾ ਕਿ ਜਦੋਂ ਬੰਦਾ ਕੋਈ ਲੱਡੂ ਪੂਰਾ ਮੂੰਹ 'ਚ ਪਾਉਂਦਾ ਮੂੰਹ ਖੁੱਲਾ ਹੁੰਦਾ ਤੇ ਮੇਰੇ ਖੁੱਲੇ ਤਾਂ ਵੀ ਨਾਂ ਨਕਸ਼ੋਦ ਨਾ ਮਿਲ ਗਿਆ ਹਾਂਜੀ 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 ਨਾ ਮੁਰਾਦ ਹਾਂਜੀ 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 ਇਹ ਕਿਹੜੀ ਆ ਬੇਬੇ ਜਿੰਨੇ ਤੈਨੂੰ ਕਹ ਦਿੱਤਾ ਕਿ ਜੀ ਸਾਡਾ ਇੰਦੇ ਦਾ ਰਿਸ਼ਤੇਦਾਰ ਇਹ ਹਸਪਤਾਲ ਕੀ ਲੈਣ ਚੱਲ ਗਈ ਐ ਇਹ ਮੇਰੇ ਨੈਨ ਨਕਸ਼ ਦੱਸਣ ਗਈ ਓਥੇ ਤੇ ਕਿੰਨੀ ਦਿਹਾੜੀ ਤੁਹਾਡੀ ਦਿਹਾੜੀ ਮੇਰੀ 1500 ਤਿੰਨ ਦਿਨ ਤੁਸੀਂ ਉਹਦੀ ਜਗ੍ਹਾ ਤੇ ਬੈੱਡ ਤੇ ਲੰਮੇ ਪੈਣਾ ਜੀ ਇਹਦੀ ਜਗ੍ਹਾ ਤੇ ਅਰਸ਼ਦ ਦੀ ਜਗ੍ਹਾ ਤੇ ਮੇਰੇ ਕੋ ਨਹੀਂ ਕੋ ਪੈਣਾ ਤੇ ਅਸੀਂ ਤੁਹਾਨੂੰ ਤਿੰਨਾਂ ਦਿਹਾੜੀਆਂ ਦਾ 1500 ਹੋ ਗਿਆ 4500 ਅੱਛਾ ਤੇ 500 ਰੁਪਏ ਨਾਲ ਮਠਾਈ ਦਾ ਇੱਕ ਨਾਲ ਸੂਟ ਇੱਕ ਧੋਤੀ ਤੇ ਇੱਕ ਰਮਾਲ ਕਿ ਮੈਂ ਕੀ ਉਹ ਬਿਮਾਰ ਬੰਦੇ ਦਾ ਸ਼ਗਿਰਦ ਹੋਣ ਲੱਗਾ ਏ ਡੇ ਲਮਾਜ਼ ਮਾ ਤੇ ਉਹ ਕਾਕਾ ਮੈਨੂੰ ਆਪਣੇ ਕੰਮ ਜੋ ਵੇਲ ਨਹੀਂ ਹੈਗਾ ਮੈਂ ਇੱਕ ਕੋਠੀ ਦਾ ਕੰਮ ਸ਼ੁਰੂ ਕੀਤਾ ਉਹਨਾਂ ਕੋਲ ਛੁੱਟੀ ਲੈ ਲਉਣਾ 3 ਦਿਨ ਦੀ ਮੈਂ ਕੱਲ ਹੀ ਲੈ ਲਵਾਵੀਂ ਉੱਥੇ ਟਾਈਆਂ ਮਹੀਨਿਆਂ ਦਾ ਕੰਮ ਆ ਲੈ ਮੈਂ 3 ਦਿਨਾਂ ਦੀ ਛੁੱਟੀ ਲੈ ਲਵਾਉ ਉਹਨਾਂ ਕੋ ਹਾਂ ਤੇ ਆਜੋ ਤੁਸੀਂ ਤੇ ਇਹ ਆ ਕਿ ਤੁਹਾਨੂੰ ਉੱਥੇ ਲੰਮਿਆਂ ਪਾਉਣਾ ਹੈ ਹਾਂ ਇਹ ਆ ਕਿ ਜਿੱਲੇ ਤੁਸੀਂ ਆਉਂਗੇ ਨਾ ਹਾਂ ਉਹਨੇ ਪਾਏ ਨਾ ਮਰੀਜ਼ਾਂ ਵਾਲੇ ਕੱਪੜੇ ਆ ਮਰੀਜ਼ ਤੁਹਾਡੇ ਨੇ ਹਾਂਜੀ ਉਹ ਜਿਹੜੇ ਆਪਰੇਸ਼ਨ ਵਾਲੇ પુરੁਸ਼ਾ ਹਰਾਜਾ ਨਹੀਂ ਹੁੰਦੇ ਆਪਰੇਸ਼ਨ ਥੀਟਰ ਚ ਪਾ ਦਿੰਦੇ ਹਾਂ ਹਾਂ ਉਹ ਉਹਨੇ ਸੂਟ ਪਾਇਆ ਉਹ ਲੈ ਚਲੇ ਜਾ ਕੇ ਤੁਹਾਨੂੰ ਪਾ ਦੇਣਾ ਤੁਸੀਂ ਚੁੱਪ ਕਰਕੇ ਉੱਤੇ ਜਿ ਚਿੱਟੀ ਚਾਦਰ ਲਾ ਕੇ ਲੈ ਕੇ ਤੇ ਲਵੇਂ ਭੈ ਜਣਾ ਉਹ ਰਾਮਨਾਥ ਤੁਹਾਡੇ ਕੱਪੜੇ ਪਾ ਕੇ ਨਿਕਲ ਜਾਏਗਾ ਉਹ ਮੇਰੇ ਕੱਪੜੇ ਪਾ ਕੇ ਨਿਕਲ ਜਾ ਮੈਂ ਚਿੱਟੀ ਚਾਦਰ ਪਾਵਾਂ ਆਪਣੇ ਹਾਂਜੀ ਹਾਂਜੀ ਮਰ ਗਿਆ ਮੈਂ ਤੁਹਾਡੇ ਵੱਲੋਂ ਹੈ ਉਹਨੂੰ ਦੂ ਕੱਪੜੇ ਪੁਆ ਕੇ ਮੇਰੇ ਭੇਜ ਦਿੱਤਾ ਤੇ ਮੇਰੇ ਤੇ ਚਿੱਟੀ ਚਾਦਰ ਪੁਆਤੀ ਆ ਹੈ ਹਾਂਜੀ ਮੈਨੂੰ ਮਾਰਨ ਦੇ ਚੱਕਰਾਂ 'ਚ ਤੇ ਬਸ ਹੋਇਆ ਕਿ ਡਾਕਟਰ ਡੁੱਟਰ ਆਉਣਗੇ ਟੀਕੇ ਟੂਕੇ ਲਾਉਣਗੇ ਤੈਨੂੰ ਤੈਨੂੰ ਮੈਨੂੰ ਕੱਲ ਹੀ ਕੱਕਾ ਟੀਕੇ ਲਾਣੇ ਮੈਂ ਚੰਗਾ ਭਲਾ ਤੰਦਰੁਸਤ ਆ ਮੈਨੂੰ ਟੀਕਿਆਂ ਦੀ ਕਿਹੜੀ ਲੋੜ ਆ ਹਾਂ ਇਹ ਆ ਕਿ ਉਫ ਤੱਕ ਨਹੀਂ ਕਰਨੀ ਅੱਛਾ ਉਹ ਉਹ ਮੈਨੂੰ ਉਹ ਮੈਨੂੰ ਟੀਕਾ ਲਾਉਣ ਤੇ ਮੈਂ ਉਫ ਵੀ ਨਾ ਕਰਾਂ ਨਾ ਨਾ ਇਹ ਤਾਂ ਮਰੀਜ਼ ਵੀ ਨਹੀਂ ਸੀ ਕਰਦਾ ਨਹੀਂ ਉਹ ਉਹ ਨੂੰ ਫੇਰ ਵੇਖ ਲੋ ਚੰਗੀ ਤਰ੍ਹਾਂ ਮਾਰੀ ਨਾ ਗਿਆ ਹੋਵੇ ਉਹ ਜਿਹੜਾ ਟੀਕੇ ਤੇ ਵੀ ਉਫ ਨਹੀਂ ਕਰਨ ਦੇ ਆ ਤੇ ਜਦੋਂ ਦਵਾਈ ਪਿਆਉਣ ਆਉਣ ਤੁਸੀਂ ਰਾਮ ਦਾ ਮੂੰਹ ਖੋਲ ਦੇਣਾ ਕਿਨੇ ਤੁਸੀਂ ਟੀਕੇ ਤੋਂ ਬਾਅਦ ਹਾਂ ਦਵਾਈ ਵੀ ਪਿਉਣਗੇ ਉਹ ਨਹੀਂ ਉਹ ਦਿਹਾੜੀ ਚ 12 13 ਵਾਰੀ ਟੀਕੇ ਲੱਗਦੇ ਆ ਤੇ ਬੋਤਲਾਂ ਵੀ ਲੱਗਦੀਆਂ ਵੱਡੀਆਂ ਇਹ ਮਰੀਜ਼ ਉਹਦਾ ਹੀ ਬੁਮਾਰਾ ਤੁਹਾਡਾ ਹਾਂਜੀ ਹਾਂਜੀ ਬਹੁਤ ਸ਼ੂਗਰ ਬਹੁਤ ਹਾਈ ਹੈ ਨਾ ਉੱਤੇ ਉਹਨੂੰ ਕਿਹੜੀ ਲੋੜ ਪਈ ਆ ਭੈਣ ਦੇ ਵਿਆਹ ਤੇ ਜਾਣ ਦੀ ਹੈ ਉਸ ਮਾਮਾ ਭਵਾਂ ਜਾਂਦੇ ਵਿਆਹ ਖਰਾਬ ਕਰ ਦਵੇ ਸਾਰਾ ਹੈ ਇਹਨੂੰ ਹਸਪਤਾਲ ਹੀ ਰਹਿਣ ਦਿਓ ਅੱਗੇ ਗੱਲਾਂ ਕਰਦਾ ਹੋੜਿਆ ਜਿਹਦੀ ਧੀ ਸੁਖੀ ਉਹਦੀ ਜੱਦ ਸੁਖੀ ਹੈ ਤੇ ਤੂੰ ਜ਼ਰੂਰ ਖਰਾਬੀ ਪਾਉਣੀ ਉਥੇ ਸ਼ੂਗਰ ਦਾ ਮਰੀਜ਼ ਆ 12 13 ਨੂੰ ਦਿਹਾੜੇ ਜੀ ਟੀਕੇ ਲੱਗਦੇ ਉਹਨੂੰ ਬੋਤਲਾ ਲੱਗਦੀਆਂ ਉਹਨੂੰ ਸੀਲ ਆਫ ਪਿਆਉਂਦੇ ਆ ਓਏ ਐਡਾ ਉਹ ਪੁੱਤ ਨਹੀਂ ਲਈਦਾ ਐਦਾਂ ਦੇ ਬੰਦੇ ਨੂੰ ਤੇ ਪਰਸੋਂ ਵੱਢਣੀ ਸੀ ਉਹਦੀ ਲਾਤਰ ਇਹਦੀ ਇਹਦੀ ਤੇ ਉਧਰੋਂ ਆ ਗਿਆ ਹੁਣ ਵਿਆਹ ਅੱਜ ਇਹਦੀ ਜਗ੍ਹਾ ਤੇ ਮੈਂ ਪੈਣਾ ਹਾਂ ਹਾਂ ਤੇ ਉਹ ਜਿਹੜੇ ਡਾਕਟਰ ਆ ਕੇ ਕਹਿਣਗੇ ਨਾ ਕਿ ਆ ਜਾ ਵੀ ਤੇਰੀ ਲੱਤ ਵੱਡੀ ਏ ਮੈਨੂੰ ਕਹਿਣ ਹਾਂ ਅੱਛਾ ਤੁਸੀਂ ਕਹਿੰਦੇ ਨਹੀਂ ਯਾਰ ਹਾਲੇਬ ਨਹੀਂ ਮੇਰਾ ਮੂਡ ਹਾਂ ਤੇ ਨਾ ਇਹ ਗੱਲ ਆਪਾਂ ਕੱਲ ਪਰਸੋਂ ਕਰਾਂਗੇ ਮੈਂ ਆ ਮੇਰੀ ਲੱਤ ਦਾ ਮੇਰੇ ਨਾਲ ਉਹਨਾਂ ਨੇ ਮੇਰੇ ਨਾਲ ਸੀਟਿੰਗ ਕਰਨੀ ਹੈ ਜਾਂ ਕੋਈ ਕਿਸੇ ਗੱਲ ਦੀ ਕਰਨੀ ਆ ਲੈ ਮੈਂ ਉਹਨਾਂ ਨੂੰ ਕਹਾਂ ਲੱਤ ਵਢਣ ਆਏ ਆ ਹੈ ਲਓ ਆਪਾਂ ਤੁਸੀਂ 2 ਦਿਨ ਠਹਿਰ ਜਾਓ ਮੈਂ ਇੱਥੇ ਹੀ ਆ ਮੈਂ ਅਗੜੇ ਕਿਤੇ ਚੱਲਾਂ ਬੇਸ਼ੁਮਾਰ ਪੁੱਤ ਤੇਰੇ ਤੇ ਤੇ ਉਹ ਜਿੱਲੇ ਫੇਰ ਆ ਜਾਏਗਾ ਤੇ ਉਹ ਆਪੇ ਹੀ ਵਢਵਾ ਲਏਗਾ ਉਹ ਆ ਉਹ ਹੁਣ ਤੁਹਾਡਾ ਕੀ ਪਤਾ ਜਿਸ ਤਰ੍ਹਾਂ ਦਾ ਤੂੰ ਮੈਨੂੰ ਫਰਾੜੀਆ ਜਿਹਾ ਬੰਦਾ ਲੱਗਣ ਦੇ ਆ ਤੁਸੀਂ ਮੈਨੂੰ ਉੱਥੇ ਦਾਖਲ ਕਰਾ ਕੇ ਤੁਸੀਂ ਵੜਨਾ ਹੀ ਨਹੀਂ ਹੁੰਤੇ ਹੈ ਉਹ 12 13 ਟੀਕੇ ਬੋਤਲਾਂ ਇੰਨੀਆਂ ਸਿਰਫ ਬੇਦਹਾਸ਼ਾ ਕਹਿਣ ਨੇ ਪਿਉਂਡਾ ਤੇ ਮੈਂ ਨਾ ਉਹਦੇ ਲੱਗ ਚ ਮੋਰੀਆ ਸਿਰੋ ਪਿੱਛੋਂ ਦੀ ਰੁੜ ਜਾਂਦਾ ਇੰਨਾ ਸਿਰੋ ਪਿਉਂਡੇ ਨੂੰ ਮੈਂ ਸਿਗਰਟ ਸੁਗੜ ਪੀਣਾ ਤੇ ਮੈਂ ਉਥੇ ਕੋਲ ਹੀ ਹੋਣਾ ਜੇ ਮੈਂ ਸਿਗਰਟ ਸੁਗੜ ਪੀਣ ਕਿਤੇ ਬਾਹਰ ਜਾਵਾਂ ਨਾ ਤੇ ਮਗਰੋਂ ਡਾਕਟਰ ਚੁੱਕਣ ਆਉਣ ਮੈਨੂੰ ਹਾਂ ਕਿ ਆ ਜਾ ਤੇਰੀ ਲੱਤ ਵੜਣੀ ਤੇ ਉਹਨਾਂ ਦੀ ਗੱਲਾਂ ਚ ਨਹੀਂ ਹੋਣਾ ਮੇਰੇ ਬਾਗੂ ਮੈਂ ਤੇਰੀਆਂ ਚ ਨਹੀਂ ਆਉਣ ਨੂੰ ਫੇਰਣ ਡਿਆ ਲੈ ਮੈਂ ਉਹਨਾਂ ਦੀਆਂ ਗੱਲਾਂ ਚਾਉਣਾ ਤੇਰੇ ਵਰਗਾ ਮੈਂ ਲੰਤੀਆ ਕਾਹਦੇ ਨਾ ਹੁੰਦਾ ਮੈਨੂੰ ਪੌਣਾ ਘੰਟੇ ਤੇ ਮਾਚਸ ਹੀ ਨਹੀਂ ਜੀ ਲੱਭੀ ਆ ਤੇਰੇ ਆਉਂਦਿਆਂ ਨੂੰ ਮੈਨੂੰ ਸਾਰੇ ਨੂੰ ਦਿਹਾੜੇ ਹੋਵੇ ਉਹਨਾਂ ਨੇ ਹਾਂ ਬਸ ਕਿਸੇ ਦੀ ਗੱਲ ਨਹੀਂ ਉੱਥੇ ਮੰਨਣੀ ਮੇਰ ਤੋਂ ਤੇਰਾ ਵੀ ਨਹੀਂ ਮੰਨਣੀ ਲੈ ਐਡਾ ਤੂੰ ਕਿਤੇ ਤੂੰ ਮੇਰਾ ਰਿਸ਼ਤੇਦਾਰ ਉਹ ਲਵੇ ਉਸ ਮੌਲਨ ਮਾਈ ਨੂੰ ਉਹਨੂੰ ਉਹਦਾ ਉੱਥੇ ਹੀ ਬੇੜਾਗਰਕ ਹੋ ਜਾਵੇ ਕਿਤੇ ਜਿਹੜੀ ਕਹਿਣ ਲਈ ਹੈ ਮੇਰਾ ਰਿਸ਼ਤੇਦਾਰ ਲੱਡੂ ਖਾਂਦਾ ਬਿਲਕੁਲ ਇਹੋ ਜਿਹਾ ਲੱਗਦਾ ਉਹ ਮਾਮਾ ਲੱਡੂ ਖਾਂਦਾ ਤੇ ਬੰਦੇ ਦੇ ਨਾਂ ਨਕੀ ਅਜੀਬ ਹੁੰਦੇ ਆ ਜੀ ਮੈਨਾਂਨ ਕਿ ਉਹਦਾਂ ਬੁਲਾਉਂਦੇ ਆ ਤੇ ਆਪਣੇ ਰਿਸ਼ਤੇਦਾਰ ਬਹੁਤ ਨੇ ਖਾਣ ਪੀਣ ਨੂੰ ਲਿਉਂਦੇ ਸੇਬ ਅੰਗੂਰ ਆਪਾਂ ਦੋਨੋਂ ਨਾ ਇੱਕ ਦੂਜੇ ਨੂੰ ਕਿਆ ਕਰਾਂਗੇ ਮੂੰਹ ਐਡ ਉਧਰੋਂ ਇੱਕ ਅੰਗੂਰ ਤੋੜ ਕੇ ਮੈਂ ਤੇਰੇ ਮੂੰਹ 'ਚ ਸਿੱਟਿਆ ਕਰੂੰਗਾ ਉਧਰੋਂ ਤੂੰ ਮੇਰੇ ਮੂੰਹ 'ਚ ਸਿੱਟਿਆ ਕਰੀ ਆਪਾਂ ਖੇਡਿਆ ਕਰਾਂਗੇ ਵਾ 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 ਜੀ ਅਬਹਾਰ ਬੇਗਮ ਐ ਤੂੰ ਮੇਰੇ ਮੂੰਹ 'ਚ ਅੰਗੂਰ ਸਿੱਟੀ ਮੈਂ ਤੇਰੇ ਮੂੰਹ 'ਚ ਐਡਾ ਮਾਮਾ ਕਿਤੇ ਖੁਸ਼ਹਾਲੀ ਮਰੀਜ਼ ਅੰਗੂਰ ਸਿੱਟੇ ਓ ਕਾਕਾ ਮੈਨੂੰ ਨਹੀਂ ਚਾਹੀਦਾ ਫਰੂਟ ਸ਼ਰੂਟ ਸੇਬ ਸੁਬ ਜਿਹੜਾ ਬੰਦਾ ਤੂੰ ਕੀ ਗੱਲ ਆ ਸੇਬ ਸੁਬ ਛਿੱਲ ਕੇ ਮੈਂ ਦਿਆ ਕਰੂੰਗਾ ਹਾਂ ਸੇਬ ਕੌਣ ਛਿੱਲ ਕੇ ਦਊ ਮੈਂ ਇਸ ਬੈੱਡ ਤੇ ਕਿਤੇ ਤੂੰ ਪਵੇਂ ਨਾ ਮੈਂ ਤੈਨੂੰ ਚਕੋਤਰੇ ਛਿਲ-ਛਿਲ ਦਵਾ ਜਿਹੜੇ ਛੁਰੀ ਤੋਂ ਬਗਾਰ ਨਹੀਂ ਛੱਲੇ ਜਾਂਦੇ ਸੇਬ ਤੇ ਇੱਕ ਪਾਸੇ ਰਹਿ ਗਿਆ ਉਹ ਤੂੰ ਨਹੀਂ ਉੱਥੇ ਪੈ ਸਕਦਾ ਐਡਾ ਤੈਨੂੰ ਉਹਦੀ ਭੈਣ ਦਾ ਸਾਸ ਆ ਰਾਤ ਨੂੰ ਲੁੱਡੋ ਖੇਡਿਆ ਕਰਾਂਗੇ ਆਪਾਂ ਦੋਵੇਂ ਬੈੱਡ ਤੇ ਕੌਣ ਆਪਾਂ ਦੋਵੇਂ ਲੁੱਡੋ ਮੈਂ ਕਰਨਾ ਖੇਡਣੀ ਮੂੰਹ ਨਾ ਦਾਣੇ ਸਿੱਟਿਆ ਕਰਨੇ ਆ ਮੈਂ ਮਮਾ ਉਹਨਾਂ ਕੋਲ ਲੱਤ ਮੇਰੀ ਵਢਾਤੀ ਉਹਨਾਂ ਦਾ ਕੀ ਪਤਾ ਲੱਤ ਤੋਂ ਬਾਅਦ ਬਾਵਾ ਵੜ ਲੈਣਾ ਲੁੱਡੋ ਖੇਡਣੀ ਆ ਤਿੰਨ ਦਿਨ ਦੀ ਗੇਮ ਆ ਸਾਰੀ ਇਹ ਜਿਹੜੀ ਆ ਤਿੰਨ ਦਿਨ ਦੀ ਗੇਮ ਹੀ ਹੁੰਦੀ ਆ ਮਿੰਟ ਦੇ ਤਿੰਨ ਨਹੀਂ ਮਾਨ ਗੇਮ ਪੌਂਟ ਜਦੋਂ ਬੰਦੇ ਨੂੰ ਬਚਾਉਣਾ ਹੋਵੇ ਕਿਤੇ ਤੂੰ ਤਾਂ ਤਿੰਨ ਦਿਨ ਦੱਸਣ ਦੇ ਆ ਤੇ ਹੁਣ ਮੈਂ ਮੁੰਡੇ ਨੂੰ ਭੇਜਦਾ ਕਿਨੂੰ ਮੁੰਡੇ ਨੂੰ ਪਹਿਲੇ ਤੈਨੂੰ ਮੇਰਾ ਪਤਾ ਲੱਗ ਗਿਆ ਮੈਂ ਕੌਣ ਆ ਹਾਂਜੀ ਚਾਚਾ ਬੂਟਾ ਆ ਬਾਈ ਨੂੰ ਭੇਜ ਮੇਰੇ ਕੋਲ ਇਹਦਾ ਤਾਂ ਮੈਂ ਬੇੜਾ ਕਰ ਕਰਾਂ ਕਿਤੇ ਇਹ ਜਿਹੜੀ ਪਿੱਛੋਂ ਚੁੱਪ ਕਰਕੇ ਤੇਰੇ ਮੋਢੇ ਦੇ ਹੱਥ ਰੱਖ ਕੇ ਕਹਿੰਦੀ ਆ ਸਾਡਾ ਅੱਜ ਦਾ ਰਿਸ਼ਤੇਦਾਰ ਆ ਹੈ ਸਾਲੀ ਨੇ ਫੋਟੋ ਵੀ ਕਿਹੜੀ ਕੋਲ ਰੱਖੀ ਐ ਜਦੋਂ ਲੱਡੂ ਖਾਣਦੇ ਆ ਮੈਂ ਤੇ ਧੀ ਕਿਤੇ ਮੈਂ ਆਣ ਕੇ ਲੰਮੇ ਬਹਿ ਜਾ ਉੱਥੇ ਬੋਲੀ ਨਾ ਤੈਨੂੰ ਚੁੱਪ ਕਰਕੇ ਮੈਂ ਨੇਰੇ ਚ ਵਾੜ ਲਾਂ ਅੱਛਾ ਤੁਸੀਂ ਆ ਜਾਓ ਹੁਣ ਤੇ ਅੱਜ ਨਾ ਇੱਧਰ ਮਟਰਛਲ ਜੰਪੱਕੇ ਕਿੱਧਰ ਸਾਡੇ ਹਲ ਤੇ ਹਸਪਤਾਲ ਘਰੋਂ ਰੋਟੀ ਆਈ ਐ ਨਾ ਤੇ ਪਹਿਲੇ ਆਪਾਂ ਬਹਿ ਕੇ ਰੋਟੀ ਖਾਣੇ ਕਿੰਨੀਆਂ ਰੋਟੀਆਂ ਖਾਣੀਆਂ ਤੁਸੀਂ ਮੈਂ ਮੰਗਵਾਲ ਲਵਾਂ ਗਰਮ ਗਰਮ ਹੈ ਕਿੰਨੀਆਂ ਨਹੀਂ ਮੈਨੂੰ ਰੋਟੀ ਘੱਲ ਹੀ ਤੁਖਵਾਉਣੀ ਆ ਉਹਨਾਂ ਨੂੰ ਕੋਈ ਇੱਕ ਟੀਕਾ ਤੇ ਇੱਕ سیرਪ ਦੀ ਚਮਚੀ ਵਾਧ ਦੇ ਦੇਣ ਹੈ ਮੇਰੇ ਲਈ ਰੋਟੀ ਘੱਲ ਹੀ ਲਿਆਉਣੀ ਆ ਤੂੰ ਉਹ ਰੋਟੀ ਲਿਆ ਸਮਾਈਲੀ ਉਹਦਾ ਥੇ ਹੋਵੇ ਕਿਤੇ ਉਹ ਸਮਾਈ ਦਾ ਜਿੰਨਾ ਤੈਨੂੰ ਕਿਹਾ ਜੀ ਅੱਜ ਦਾ ਰਿਸ਼ਤੇਦਾਰ ਆ ਸਾਡਾ ਅੱਛਾ ਅਰਸ਼ਦ ਨਾ ਖਾਪਾ ਬਹੁਤ ਪਾਉਂਦਾ ਸੀ ਅਰਸ਼ਦ ਹਾਂ ਤੇ ਇਹ ਨਾ ਉਹਨੂੰ ਦਵਾਈ ਜੀ ਦੇ ਕੇ ਜਾਂਦੇ ਸੀ ਫਿਰ ਉਹ ਤਿੰਨ ਤਿੰਨ ਚਾਰ ਚਾਰ ਦਿਨ ਨਾ ਉੱਠਦਾ ਨਹੀਂ ਸੀ ਹੁੰਦਾ ਠੀਕ ਹੈ ਨਾ ਉਹਤੇ ਹੋਈ ਦਵਾਈ ਇਹਨੂੰ ਦਵਾਈ ਵਿਆਹ ਦੇ ਵਿਚਾਰ ਦੇ ਨਾ ਉੱਠੇ ਉਹ ਲਾਂਤੀਆ ਹੋਈ ਦਵਾਈ ਦਵਾ ਦੇ ਉਹਨਾਂ ਨੂੰ ਕੋਈ ਜੀ ਭਰਾ ਤੁਹਾਡਾ ਇਸ ਕਾਬਲ ਹੀ ਨਹੀਂ ਹੈਗਾ ਕਿ ਭੈਣ ਦੀ ਆ ਕੇ ਡੋਲੀ ਨੂੰ ਮੋਢਾ ਦੇਵੇ ਨਹੀਂ ਚਾਚਾ ਹੁਣ ਦੇਖ ਚਾਚਾ ਬੁੱਤਾ ਇਸ ਸਵਾਬ ਦਾ ਕੰਮ ਉਹ ਯਾਰ ਬੁੱਤ ਸਵਾਬ ਮੇਰੇ ਲਈ ਰੱਖਿਆ ਤੂੰ ਨਹੀਂ ਖੜ ਸਕਦਾ ਸਵਾਬ ਤੈਨੂੰ ਸਵਾਬ ਮਨਾ ਹੈ ਉਹ ਤੇਰੇ ਖਾਨ ਦਾ ਅੱਜ ਸਵਾਬ ਲੈਣ ਦਾ ਰਵਾਇ ਨਹੀਂ ਹੈਗਾ ਨਹੀਂ ਮੇਰੀ ਸ਼ਕਲ ਨੇ ਨਾ ਰਲਦੀ ਉਹ ਬੁੱਤ ਸ਼ਕਲ ਤੇਰੀ ਆਪੇ ਹੀ ਰਲ ਜਾਣੀ ਆ ਦੋ ਚਾਰ ਥੱਪੜ ਖਾ ਕੇ ਕਿਸੇ ਚੰਗੇ ਜਿਹੇ ਬੰਦੇ ਕੋ ਆ ਮੇਰਾ ਤਾਂ ਲੱਡੂ ਖਾਂਦੇ ਦਾ ਮੂੰਹ ਉੱਜਦਾ ਹੋ ਗਿਆ ਤੇਰਾ ਵੀ ਹੋਈ ਜਾਊ ਇਹ ਆਕੇ ਮੈਂ ਪੇ ਜਾ ਮੁੰਡਾ ਹੋਣੀ ਕਿੱਥੇ ਤੁਸੀਂ ਇਦਾਂ ਕਰੋ ਨਾ ਧੋ ਲਵੋ ਨਾ ਧੋ ਕੇ ਮੈਂ ਹਸਪਤਾਲ ਕਸਮ ਦੇਣੀ ਆਣਗੇ ਨਾ ਧੋ ਲਵਾ ਜੀ ਅਰਸ਼ਦ ਮੇਰਾ ਰਿਸ਼ਤੇਦਾਰ ਆ ਈ ਡੱਕ ਤੇ ਅਰਸ਼ਦ ਉਸ ਮਾਈ ਦਾ ਬੇੜਾ ਕਰ ਘੋਵੇ ਉਹਨੂੰ ਕਿੱਥੇ ਜ਼ਹਿਰ ਦਾ ਟੀਕਾ ਜਿੱਥੇ ਲਾ ਦੇਣ ਜਿਹੜੀ ਕਹਿਣ ਲਈ ਆ ਜੀ ਮੇਰਾ ਰਿਸ਼ਤੇਦਾਰ ਐਂਜ ਦਾ ਉਨੇ ਕਿਹਾ ਸੀ ਮਾਈ ਨੇ ਕਿ ਪਹਿਲੇ 2-3 ਵਾਰੀ ਤੁਸੀਂ ਕਹੋਗੇ ਨਾ ਅੱਗੋਂ ਚਾਚਾ ਬੂਟਾ ਜਰਾ ਗੁੱਸੇ ਵਾਲਾ ਖੱਪ ਆਏਗਾ ਤੇ ਤੀਸਰੀ ਚੌਥੀ ਵਾਰੀ ਕਹੋਗੇ ਨਾ ਮੰਨ ਜਾਏਗਾ ਤੇ ਹੁਣ ਮੈਂ ਦੋ ਵਾਰੀ ਕਿਹਾ ਹੁਣ ਮੈਂ ਤੀਸਰੀ ਵਾਰੀ ਕਹਿਣ ਲੱਗਾ ਹਾਂ ਜੀ ਇਹ ਮਾਈ ਨੇ ਕਹਿ ਆ ਹਾਂਜੀ ਇਹ ਮਾਈ ਕੌਣ ਆ ਜਿਹੜੀ ਐਡੀ ਮੇਰੀ ਵਾਕਫ ਆ ਉਹਨੂੰ ਸਾਰਾ ਹੀ ਪਤਾ ਕਿ ਦੋ ਤਿੰਨ ਵਾਰੀ ਬੂਟਾ ਨਾ ਕਰਦਾ ਮੁੜ ਕੇ ਮੰਨ ਜਾਂਦਾ ਹੈ ਇਹ ਪਤਾ ਨਹੀਂ ਮੇਰੇ ਬੱਚਿਆਂ ਦੀ ਫੁੱਫੀ ਕਿਦਾਂ ਖੱਜਲ ਹੋਣ ਢਈ ਆ ਉਥੇ ਚਾਚਾ ਬੂਟੇ ਚਾਚਾ ਬੂਟੇ ਬਕਵਾਸ ਬੰਦ ਕਰ ਓਏ ਗਿਆ ਬਈ ਮੈਂ ਚੰਗਾ ਭਲਾ ਕੰਮ ਦੇ ਯਾਰੇ ਲੱਗਾ ਲੈ ਚਾਚਾ ਮੂਠੇ ਮਰੀਜ਼ ਤੇ ਨੂੰ ਬਣਾਉਣਾ ਬਿੱਡੇ ਮੂਕੋ ਤੋਏ ਲੋਕੀ ਹਰ ਬੰਦੇ ਦੀ ਤੰਦਰੁਸਤੀ ਦੀ ਦੁਆ ਮੰਗਦੇ ਆ ਤੂੰ ਐਸਾ ਲੰਮਤੀ ਬੱਚਾ ਤੂੰ ਕਹਿਣਿਆ ਜੱਗਾ ਤੈਨੂੰ ਮਰੀਜ਼ ਬਣਾਉਣਾ ਮਾਮਾ ਜਿਸ ਤਰ੍ਹਾਂ ਦੇ ਹਾਲਾਤ ਮਰੀਜ਼ ਦੇ ਦੱਸਣ ਨੇ ਆ ਮੈਨੂੰ ਲੱਗਦਾ ਹੀ ਨਹੀਂ ਉਹ ਮੇਰੀ ਜਗ੍ਹਾ ਤੇ ਵਾਪਸ ਆਵੇ ਹੈ ਕੀਡਾ ਹਸਪਤਾਲੋਂ ਛੁੱਟੀ ਨਹੀਂ ਮਿਲਣ ਢਈ ਨਹੀਂ ਉਹ ਭੱਜ ਵੀ ਗਿਆ ਤਾਂ ਕੋਈ ਨਹੀਂ ਆਪਾਂ ਉਹਨੂੰ ਲੱਭ ਲਾਂਗੇ ਹਾਂ ਤੇ ਮੈਨੂੰ ਕਿੱਨਾ ਲੱਭਣਾ ਮਾਮਾ ਪਹਿਲਾਂ ਹੀ ਤਾਂ ਨਹੀਂ ਮਰਦਾ ਚਿੱਟੀ ਚਾਦਰ ਪਾਤੀ ਆ ਕੰਤੀ ਕਿਸੇ ਥਾਂ ਦਾ ਮਰੇ ਉਹ ਮਾਈ ਵੀ ਕਿਸੇ ਕੋਲੋਂ ਨਿਕਲੇ ਤਾਂ ਕਿਸੇ ਗੱਡੀ ਚ ਵੱਜੇ ਉਹਦੇ ਸਾਰੇ ਨਿਕਲ ਜਾਣ ਕਹਿੰਦੀ ਬਿਊਟਾ ਐਡਾ ਦਾ ਜੀ ਸ਼ਕਲ ਮਿਲਦੀ ਆ ਬੰਦੇ ਨੇ ਕਿਸੇ ਦੇ ਮੂੰਹ ਨਾਲ ਮੂੰਹ ਮਲਾਉਣਾ ਹੋਵੇ ਤੇ ਉਹ ਕਹਿੰਦੇ ਭਾਈ ਸੀਰੀਅਸ ਰ ਹੈ ਤੇ ਮੈਨੂੰ ਲੱਡੂ ਖਾਂਦੇ ਨੂੰ ਤੇਰੇ ਬਿਸ਼੍ਰਿਸ਼ਤੇਦਾਰ ਨਾਲ ਮਿਲਾਈ ਜਾਂਦੀ ਆ ਹੈ ਹੋਵੇ ਸਮਾਈ ਦਾ ਚਮੜਾ ਕਿਸੇ ਥਾਂ ਦੇ ਪਤਾ ਨਹੀਂ ਲੋਕ ਕਿੱਦਾਂ ਕਿੱਦਾਂ ਨੇ ਆਲਾ ਫੋਨ ਕਰੀ ਜਾਂਦਾ ਪਹਿਲੇ ਮਾਮਾ ਕਿੱਡੀ ਆਈਟੀ ਚ ਬੋਲਣ ਡਿਆ ਧੀਆਂ ਸਾਂਝੀਆਂ ਹੁੰਦੀਆਂ ਆਹ ਧੀਆਂ ਸਭ ਦੀਆਂ ਸੁਗੀ ਰਹਿਣ ਮਾਮਾ ਮੈਨੂੰ ਇੱਥੇ ਪਾ ਕੇ ਮੇਰਾ ਸਾਰਾ ਕਬਰ ਤੋ ਕੀ ਕਰਨ ਲਗਾ ਚ ਚਵੜ ਗਿਆ ਲਾਵੇ ਤੇ ਲੈ ਇੱਥੇ ਲੰਮੇ ਪੈ ਜਾ ਲੰਮੇ ਪੈ ਜਾ ਮਾਮਾ ਬੜਾ ਹੈ ਕਿਤੇ ਜੰਨਤ ਚ ਕਮਰਾ ਮੈਂ ਲੰਮੇ ਪੈ ਜਾਵਾਂ ਸਕੂਨ ਨਾਲ ਲੈ ਤੇਰੀ ਲੱਤ ਬੱਢਣ ਕੇ ਮੈਂ ਬਾਹਰ ਸਿਗਰ ਲਾਉਣ ਜਾਣਾ ਚਾਚਾ ਬੋਲੀ ਲਾ ਉਹਨਾਂ ਨੂੰ ਕੋ ਇਹਨੂੰ ਆ ਲੈ ਲਿਓ ਐਡਾ ਤੂੰ ਮੇਰਾ ਮਾਮਾ ਕਿਤੇ ਤੇਰੇ ਕੋ ਮਸ਼ਵਰਾ ਲੈਣਾ ਉਹਨਾਂ ਨੇ ਕਮਲ ਕਿਸੇ ਥਾਂ ਦਾ ਅੱਗੇ ਬਿਆਕੀ ਦੰਧੀਆਂ ਕੱਢਦਾ ਲੰਘਤੀ ਅਸਣਿਆ ਉਹ ਖੋਤਿਆ ਬੰਦ ਕਰਮੂ ਤੈਨੂੰ ਲਵਨ ਵਰਫੜਾ ਮੂੰ ਤੇਰੇ ਤੇ ਨਾਲੇ ਉਸ ਮਾਈ ਤੇ